ਖੇਤਾਂ ਤੇ ਚਲਾ ਜਾਵੇ, ਜਿੰਨੇ ਮਰਜ਼ੀ ਪੀਰ ਫਕੀਰਾਂ ਤੇ ਚਲਾ ਜਾਵੇ, ਜਿਹੜੇ ਮਰਜ਼ੀ ਸਥਾਨ ਤੇ ਚਲਾ ਜਾਵੇ, ਕਦੇ ਜ਼ਿੰਦਗੀ ਚ ਉਹਦੀ ਹਾਜ਼ਰੀ ਕਬੂਲ ਨਹੀਂ ਹੋਊਗੀ, ਕਦੀ ਨਹੀਂ ਹੋਊਗੀ। ਇਸ ਲਈ ਤੁਹਾਨੂੰ ਇਹ ਗੁਨਾਹ ਤੋਂ ਬਚਾ ਰਿਹਾ। ਔਰ ਜੇਕਰ ਤੁਹਾਡੇ 1 ਜਾਂ 2 ਬੇਟੀਆਂ ਪਹਿਲਾਂ ਨੇ ਤਾਂ ਬੇਫਿਰ ਹੋ ਕੇ ਮੇਰੀ ਝੋਲੀ ਪਾ ਕੇ ਜਾਓ ਯਾਰ, ਪ੍ਰੇਮ ਦਾ ਮੈਸਾ ਦਰਬਾਰ ਹੈ, ਅਸੀਂ ਸਾਰੇ ਮਿਲ ਕੇ ਮਾਂ ਔਰ ਬਾਪ ਦੋਨਾਂ ਦਾ ਪਿਆਰ ਦੇਵਾਂਗੇ। ਆਜਾ ਆਜਾ ਹੋਣੇ। ਇਹ ਗੱਦੀ ਲਗਭਗ 400 ਸਾਲ ਤੋਂ ਚੱਲਦੀ ਆ ਰਹੀ ਹੈ, ਮੇਰੇ ਮਾਤਾ ਜੀ ਦਾਦੀ ਜੀ ਅੱਗੇ ਪਿੱਛੇ ਪਿੱਛੇ 400 ਸਾਲ ਤੋਂ ਚੱਲਦੀ ਆ ਰਹੀ ਹੈ। ਉਹਨਾਂ ਬਜ਼ੁਰਗਾਂ ਦੀ ਸੇਵਾ ਦਾ ਅਸੀਂ ਸੇਵਾ ਕਰ ਰਹੇ ਹਾਂ। ਮੈਂ ਤਾਂ ਐਡਾ ਕੋਈ ਨਿਕੰਮਾ ਹੈ ਹੀ, ਮੇਰੇ ਤਾਂ ਪੱਲੇ ਕੁਛ ਨਹੀਂ ਯਾਰ, ਪੱਲੇ ਕੁਛ ਨਹੀਂ ਹੈਗਾ, ਪਰ ਫਿਰ ਵੀ ਕਿਸੇ ਦਾ ਕਹਾਉਣਾ ਇਹੀ ਬਹੁਤ ਵੱਡੀ ਗੱਲ ਹੈ। ਕਿਸੇ ਦਾ ਕਹਾਉਣਾ ਕਿਸੇ ਗੱਲ ਦਾ ਸੰਗਲ ਹੈ। ਦੁਨੀਆਂ 'ਚ ਕਿਤੇ ਵੀ ਜਾਣਾ ਨਾ, ਕਿਤੇ ਵੀ ਜਾਣਾ ਤਾਂ ਲੋਕ ਕਹਿੰਦੇ ਹੈ ਸਰਕਾਰ ਹੈਦਰ ਸ਼ੇਖ ਦਾ ਗੁਲਾਮ, ਹੈਦਰ ਸ਼ੇਖ ਦਾ ਲਾਡਲਾ। ਜਦੋਂ ਇੰਨੀ ਗੱਲ ਕਹਿ ਦਿੰਦੇ ਆ, ਮੇਰਾ ਖੂਨ ਪਾਈਆ ਵੱਜ ਜਾਂਦਾ ਹੈ। ਦੁਨੀਆ ਮੇਰੀ ਬਦਲ ਡਾਲੀ, ਹਮਾਰੇ ਪੀਰ ਕੀ ਚਸ਼ਮੇ ਕਰਮ ਕਾ ਕਿਆ ਕਹਿਣਾ, ਇਸ਼ਕ ਮੇ ਜ਼ਿੰਦਗੀ ਕਾ ਮਜ਼ਾ ਮਿਲ ਗਿਆ। ਕਿਸੇ ਤੀਸਰੇ ਦੀ ਕੀ ਔਕਾਤ ਕਿ ਰਿਸ਼ਤਾ ਖਤਮ ਕਰ ਦੇ। ਰਿਸ਼ਤਾ ਖਤਮ ਉਦੋਂ ਹੁੰਦਾ ਜਦੋਂ ਕੋਈ ਆਪਣਾ ਹੀ ਬੇਈਮਾਨ ਹੋ ਜਾਂਦਾ।